कोई बुरा कर्म ना करो, नशा कोई ना करो,
सुंदर
धन सतगुरु दे रहे। मेरे सोने सतगुरु देख चला तेरी याद में दोनों जहान का मालिक है।
ਹਾਂਜੀ ਬਾਬਾ ਜੀ ਕਿਰਪਾ ਜੀ ਕਿਵੇਂ ਲੇਟ ਹੋ ਗਏ ਕਿਤੇ ਗਏ ਹੋਏ ਸੀ ਕਿਤੇ ਗਏ ਹੋਏ ਸੀ ਜੀ ਮੈਂ ਤਾਂ ਯਾਦ ਵੀ ਕੀਤਾ ਸੀ ਨਾ ਨਾਲੇ ਪ੍ਰਮੁਖ ਪਿਆਰਾ ਬੈਠਾ ਤਾਂ ਬੁਲਾਓ ਹਾਂਜੀ ਕੁਛ ਮਿਲੇ ਉਹਨਾਂ ਤੋਂ ਵੀ ਸੁਣੀਏ ਸੀ ਹਾਂਜੀ ਔਰ ਸਾਨੂੰ ਵੀ ਸੇਵਾ ਦਾ ਮੌਕਾ ਦਿਓ ਹਾਂਜੀ ਜ਼ਰੂਰ ਬਾਬਾ ਜੀ ਦਰਸ਼ਨ ਹੋ ਗਏ ਮੈਂ ਤੁਹਾਡੇ ਅਸੀਂ ਸਾਨੂੰ ਵੀ ਸੇਵਾ ਚ ਰੱਖ ਲਓ ਇੱਥੇ ਤੁਹਾਡੇ ਕੋਲ ਹਾਂਜੀ ਤਾਂ ਬਹੁਤ ਵੱਡੀ ਸੇਵਾ ਹੈ ਔਰ ਇੱਥੇ 5-10 ਦਿਨ ਇੱਥੇ ਲਾ ਲਿਆ ਕਰਾਂਗੇ ਹਾਂਜੀ ਸਾਡੀ ਡਿਊਟੀ ਲਵਾ ਲਓਗੇ ਜ਼ਰੂਰ ਜੀ ਬਾਬਾ ਜੀ ਕਿੰਨਾ ਕਰਾ ਤੁਮ ਦਾਈ ਹੋ ਗਈ ਨਾਨਕ ਨਾਮ ਤੇਰੇ ਭਾਣੇ ਸਰਬਾ ਦਾ ਭਲਾ ਵਾਹ ਵੇ ਵਾਹ ਇਹਦਾ ਬਈ ਹੋਰ ਕਿਹੜਾ ਪਿੰਡ ਹੈ ਤੇਰਾ ਬਈ ਮੇਰਾ ਪਿੰਡ ਬਾਬਾ ਜੀ ਤੁਹਾਡੇ ਗਵਾਂਢ ਹੈ ਜੀ ਕਿਮਿਆਰਾ ਜੀ ਡੱਬਲੇ ਦੇ ਨਾਲ ਉਹ ਤੇਰਾ ਵਾਹ ਵੇ ਵਾਹ ਜਦੋਂ ਕਿੱਥੇ ਗੱਜਿਆ ਤੇ ਕਿਤੇ ਭਰਿਆ ਕਹਿੰਦੇ ਆ ਕਿਤੇ ਗੱਠੜੀ ਕਿਤੇ ਤੇ ਚੋਰ ਕਿਤੇ ਲੋਕੀ ਪੌਣੀ ਰਹਿਣੀ ਸ਼ੋਰ ਹੋ ਕਿਤੇ ਕਟਾ ਕਰ ਘੋਰ ਕਿਤੇ ਰੱਬ ਵਰਸਦਾ ਰਿਹਾ ਹੋਰ ਕਿਤੇ ਗੱਠੜੀ ਕਿਤੇ ਤੇ ਚੋਰ ਕਿਤੇ ਲੋਕੀ ਪੌਣੀ ਰਹਿ ਗਈ ਸ਼ੋਰ ਹੋਰ ਕਿਤੇ ਦੇਖੋ ਸਾਡੇ ਕਿੱਥੋਂ ਦਾ ਪ੍ਰੇਮੀ ਬੰਦਾ ਦੇਖੋ ਬਈ ਘਮੈਰਾ ਪਿੰਡ ਬਹੁਤ ਸਸਮੀਆਂ ਦਾ ਜੀ ਬਹੁਤ ਅੱਛੇ ਲੋਕ ਉੱਥੇ ਰਹਿੰਦੇ ਹਨ ਘਮੈਰੇ ਅਸੀਂ ਵੀ ਕਈ ਵਾਰੀ ਕਹਿੰਦੇ ਹਾਂ ਉਹ ਥਾਣੇਦਾਰ ਜੀ ਦੇਖੋ ਤੇ ਸਾਰਿਆਂ ਦੇ ਨਾਲ ਸੇਵਾ ਚ ਭਗਤੀ ਕਰਨੀ ਇੱਕ ਗੱਲ ਯਾਦ ਰੱਖਣੀ ਹੈ ਵੀ ਤੂੰ ਨਗਰ ਦਾ ਸਾਂਝਾ ਪ੍ਰੇਮੀ ਹੈ ਕੋਈ ਵੀ ਵੋਟਾਂ ਹੋਣ ਚਨਾਬ ਹੋਣ ਤੈਂ ਇੱਕੋ ਗੱਲ ਕਹਿਣੀ ਵੀ ਮੇਰੇ ਸਾਰੇ ਮੇਰੇ ਹੈ ਕਿਸੇ ਦੀ ਪਖਸ਼ਬਾਜੀ ਨਹੀਂ ਕਰਨੀ ਜਿੱਤਿਆ ਵੀ ਸਾਡਾ ਹਾਰਿਆ ਵੀ ਸਾਡਾ ਤੁਹਾਡੇ ਕੋਲ ਹਾਰਿਆ ਨੇ ਵੀ ਆਉਣਾ ਜਿੱਤਿਆ ਨੇ ਵੀ ਆਉਣਾ ਹੈ ਆਸ਼ੀਰਵਾਦ ਸਭ ਨੇ ਲੈਣਾ ਆਉਣਾ ਵੀ ਆਸ਼ੀਰਵਾਦ ਵਾਲਾ ਤਾਂ ਸਤਿਗੁਰ ਸਾਡੇ ਸਭ ਦੇ ਅੰਦਰ ਹੈ ਆਪਾਂ ਸਾਰੇ ਉਹਦੇ ਸੇਵਾਦਾਰ ਹਾਂ ਸਾਰੇ ਆਪਾਂ ਉਹਦੇ ਚੌਕੀਦਾਰ ਹਾਂ ਸਾਰੇ ਆਪਾਂ ਉਸ ਦਰ ਤੇ ਬਖਾਰੀ ਹਾਂ ਉਸ ਤੋਂ ਆਪਾਂ ਸਾਰੇ ਖੈਰ ਦੇਣ ਵਾਲੇ ਬੰਦੇ ਹਾਂ ਖੈਰ ਵੀ ਆਪਾਂ ਨਿਮਰਤਾ ਦੀਨਤਾ ਨਾਲ ਲੈ ਸਕਦੇ ਹਾਂ ਨਿਮਰਤਾ ਦੀਨਤਾ ਦੇ ਨਾਲ ਕੋਈ ਬੰਦਾ ਲੈ ਸਕਦਾ ਪਾਣੀ ਵੀ ਨੀਵੇਂ ਥਾਂ ਜਾਂਦਾ ਹੈ ਉੱਚੇ ਤਾਂ ਪਾਣੀ ਨਹੀਂ ਚੜਦਾ ਤਾਂ ਸ੍ਰੀ ਗੁਰੂ ਨਾਨਕ ਕਹੂੰਗਾ ਤੁਹਾਨੂੰ ਵੀ ਕੋਈ ਦਈਏ ਟਾਈਮ ਤੇ ਹਾਂ ਦੇਖ ਲਓ ਜੀ ਕੋਈ ਗੱਲ ਦੇਖ ਸ਼ਬਦ ਦੇ ਆਈ ਪਰਮ ਸਤਿਕਾਰ ਦਿਓ ਗੁਰੂ ਪਿਆਰੀ ਸਾਹਿਬ ਸੰਗਤ ਜੀ ਸੋ ਮੈਂ ਅੱਜ ਅੰਮ੍ਰਿਤ ਵੇਲੇ ਦੀ ਅਰਦਾਸ ਵਿੱਚ ਵੀ ਗੱਲ ਕੀਤੀ ਸੀ ਹਮਲੇ ਚੰਗੇ ਬੁਰਾ ਨਹੀਂ ਹੋਏ ਪ੍ਰਣ ਦਾ ਤਾਲ ਤਾਰੇ ਸੋਏ ਸੋ ਮਨੁੱਖ ਆਪਣੇ ਕਰਤੱਵਾਂ ਕਰਕੇ ਮਾੜਾ ਹੁੰਦਾ ਕਿਉਂਕਿ ਬਚਪਨ ਦੇ ਵਿੱਚ ਇੱਕ ਕੱਚਾ ਫੁੱਲ ਹੈ ਸੋ ਜਦੋਂ ਦਰਿਆਵੀ ਧੱਗਿਆਂ ਦੇ ਵਿੱਚ ਵੜਦਾ ਕਿਉਂਕਿ ਸਭ ਕੁਛ ਉਹਦੇ ਵਿੱਚ ਉਦੋਂ ਆ ਜਾਂਦਾ ਰਸ਼ ਭਾਵਨਾ ਆ ਜਾਂਦੀ ਹੈ ਸੋ ਮੈਂ ਜ਼ਿਆਦਾ ਸਮਾਂ ਨਹੀਂ ਲੈਂਦਾ ਤੁਹਾਨੂੰ ਕੋਈ ਨਹੀਂ ਮਾੜਾ ਕਿਉਂਕਿ ਸਾਡੀ ਗੁਰਬਾਣੀ ਦਾ ਸ਼ਬਦ ਹੈ ਜਾਪ ਸਾਹਿਬ ਆਪ ਸਿੱਖ ਸੰਗਤਾਂ ਸੁਣਦੀਆਂ ਪੜ੍ਹਦੀਆਂ ਏਕ ਰੂਪ ਅਨੇਕ ਰੂਪ ਸਾਡੀ ਗੁਰਬਾਣੀ ਤਾਂ ਇਹ ਕਹਿੰਦੀ ਹੈ ਕਿ ਜਿਹੜਾ ਪਰਮਾਤਮਾ ਇੱਕ ਆ ਤੇ ਅਸੀਂ ਕਹਿਣਾ ਨਹੀਂ ਕਿ ਇਹ ਪ੍ਰੇਮੀ ਇਹ ਖਾਲਸਾ ਇਹ ਫਲਾਣਾ ਨਹੀਂ ਜੋ ਇੱਕ ਆ ਸੁਮਿਸ ਕਰਕੇ ਆਪ ਸੰਗਤਾਂ ਬਹੁਤ ਭਾਗਾਂ ਵਾਲੀਆਂ ਸੋ ਮੈਂ ਪਹਿਲਾਂ ਵੀ ਕਹਿਣਾ ਹੁੰਦਾ ਕਿ ਜਿਹੜੇ ਤੁਸੀਂ ਸਤਸੰਗੀ ਬਣੇ ਹੋ ਨੇ ਕਲਮਾ ਕਰਕੇ ਬਣੇ ਹੋ ਤੇ ਬਹੁਤ ਵੱਡੇ ਕਰਮ ਬਹੁਤ ਭਾਗਾਂ ਕਰਕੇ ਕਿਉਂਕਿ ਤੁਹਾਨੂੰ ਕੋਈ ਨਹੀਂ ਮਾੜਾ ਸੋ ਮੈਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹਨਾਂ ਨੇ ਅੱਜ ਮਹਾਂਪੁਰਖਾਂ ਦੇ ਆਉਣ ਤੇ ਬਹੁਤ ਵੱਡਾ ਸਾਰੇ ਨਗਰ ਨੇ ਉਪਰਾਲਾ ਕਰਕੇ ਮਹਾਂਪੁਰਖਾਂ ਦਾ ਸਤਿਕਾਰ ਕੀਤਾ ਕਿਉਂਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਤੁਸੀਂ ਦੱਸਦੇ ਆਪ ਵੀ ਚੰਗੇ ਬੰਦੇ ਕੋਲ ਗਏ ਸੀ ਉਹਨਾਂ ਨੇ ਸਾਰੇ ਨਿਵਾਰਿਆਂ ਦਾ ਸੁਧਾਰ ਕੀਤਾ ਪਰ ਜੇ ਅੱਜ ਬੇਅੰਕਾ ਇੱਕ ਸਤਸੰਗ ਦੇ ਵਿੱਚ ਆ ਗਿਆ ਨਾ ਤੇ ਸ਼ਾਮ ਨੂੰ ਦਸਾਂ ਨੇ ਪੂਰਾ ਕਰ ਲਿਆ ਆਪਣੇ ਗੁਰਦੁਆਰੇ ਦਾ ਗ੍ਰੰਥੀ ਨਾ ਸਤਸੰਗ ਲੱਗੀ ਸੀ ਉੱਥੇ ਗਿਆ ਮਹਾਂਪੁਰਖ
ਸਮਾਪ ਕਰਨਾ ਉਹਨੂੰ ਮੱਥਾ ਟੇਕਣਾ ਨਮਸਕਾਰ ਕਰਨਾ ਕੋਈ ਮਾੜੀ ਗੱਲ ਆ ਤੁਸੀਂ ਦੇਖ ਲਓ ਸਾਡੇ ਸਾਹਮਣੇ ਹੋ ਰਹੀਆਂ ਨੇ ਕਿਉਂਕਿ ਮੈਂ ਤਾਂ ਪਹਿਲਾਂ ਵੀ ਗੱਲ ਕਰਦਾ ਮੇਰੇ ਵਾਸਤੇ ਪ੍ਰੇਮੀ ਵੀ ਇੱਕ ਨੇ ਖਾਲਸੇ ਵੀ ਇੱਕ ਨੇ ਮੇਰੇ ਵਾਸਤੇ ਸਭ ਇੱਕ ਆ ਕਿਉਂਕਿ ਪਹਿਲਾਂ ਮੈਂ ਕਹਿ ਚੁੱਕਿਆ ਹਮ ਲਈ ਚੱਲੀਏ ਗੁਰਾਂ ਲਈ ਹੋਏ ਪ੍ਰਾਣ ਦਾ ਚਲਾਣ ਤਾਰੇ ਸੋਏ ਪਰ ਮੈਂ ਬੀਬੀਆਂ ਦਾ ਫਿਰ ਅੱਜ ਧੰਨਵਾਦ ਕਰਦਾ ਜਿਹਨਾਂ ਨੇ ਇੱਥੇ ਅੱਜ ਬਹੁਤ ਵੱਡੀ ਸੇਵਾ ਨਿਭਾਈ ਲੱਗ ਰਹੀ ਪ੍ਰਸ਼ਾਦੇ ਜੀ ਇੱਥੇ ਪਹਿਲਾਂ ਦਾ ਸੇਵਾ ਅੱਜ ਨਿਭਾਈ ਆ ਸੋ ਇਸੇ ਤਰ੍ਹਾਂ ਆਪ ਸਿੱਖ ਸੰਗਤਾਂ ਸੰਗਤਾਂ ਨੇ ਵਿਚਾਰਿਆ ਕਰ ਸੇਵਾ ਸਿਮਰਨ ਦੇ ਨਾਲ ਜੁੜਿਆ ਕਰੋ ਕਿਉਂਕਿ ਘਰੇ ਬੈਠੇ ਤਾਂ ਜੋ ਆਪਾਂ ਨੂੰ ਫਲ ਮਿਲਦਾ ਉਹ ਪਤਾ ਸੁਣੋ ਸੋ ਮੈਂ ਜ਼ਿਆਦਾ ਸਮਾਂ ਨਹੀਂ ਰਹਿੰਦਾ ਮੈਂ ਮਹਾਂਪੁਰਖਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਹਨਾਂ ਨੇ ਅੱਜ ਮੈਨੂੰ ਆਪਣੇ ਚਾਲਾਂ ਦੇ ਵਿੱਚ ਭਾਗ ਕੇ ਸੰਗਤ ਦੇ ਵਿੱਚ ਬੋਲਣ ਦਾ ਸਮਾਂ ਦਿੱਤਾ ਵਾਹਿਗੁਰੂ ਜੀ ਦੀ ਫਤਿਹ। ਦੇਖੋ ਬਈ ਮੈਂ ਤੁਹਾਨੂੰ ਦਿਲ ਦੀ ਗੱਲ ਦੱਸਦਾ ਸਾਡੇ ਬਾਬਾ ਜੀ ਵੀ ਜਦੋਂ ਗੁਰੂ ਘਰ ਜਾਂਦੇ ਸੀ ਨਮਸਕਾਰ ਕਰਦੇ ਸੀ ਅਮਰਧਾਰੀ ਸੀ ਮੈਂ ਪਿਛਲੇ ਸਾਲ ਵੀ ਆਇਆ ਗੁਰੂ ਘਰ ਦੀ ਮੈਂ ਜ਼ਿਕਰ ਕੀਤਾ ਅੱਜ ਵੀ ਮੈਂ ਖਿਆਲ ਕੀਤਾ ਵੀ ਜਿਹੜੇ ਇੱਥੇ ਸੇਵਾਦਾਰ ਹੈ ਮੈਂ ਜ਼ਰੂਰ ਮਿਲਣਾ ਚਾਹੁੰਦਾ ਹੁਣ ਵੀ ਮੇਰੇ ਖਿਆਲ ਆਉਂਦਾ ਸੀ ਮੈਂ ਪਹਿਲੇ ਵੀ ਮੈਂ ਜ਼ਿਕਰ ਕੀਤਾ ਸੀ ਕਿ ਮੈਂ ਉਹਨਾਂ ਨੂੰ ਮਿਲਾਂਗਾ ਤੇ ਇੱਥੇ ਆਏ ਤਾਂ ਕਿ ਆਉਂਗਾ